ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਮਾਛੀਵਾਲ ਥਾਣਾ ਅਧੀਨ ਪੈਂਦੇ ਪਿੰਡ ਚੱਕ ਲੋਟੇ ਦੇ ਨਿਵਾਸੀ ਬਲਬੀਰ ਸਿੰਘ ਨਾਲ ਤਾਂਤਰੀਕਾ ਵੱਲੋਂ ਉਸਦੇ ਘਰ 100 ਕਰੋੜ ਰੁਪਏ ਦਾ ਸੋਨਾ ਦੱਬਿਆ ਦੱਸ ਕੇ 3 ਲੱਖ ਰੁਪਏ ਦੀ ਠੱਗੀ ਮਾਰ ਲਈ ਅਤੇ ਅੱਜ ਜਦੋਂ ਉਹ 2 ਲੱਖ ਰੁਪਏ ਹੋਰ ਲੈਣ ਆਏ ਤਾਂ ਪੁਲਿਸ ਨੇ ਕਾਬੂ ਕਰ ਲਏ। ਰਾਜ ਮਿਸਤਰੀ ਦਾ ਕੰਮ ਕਰਦੇ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੀਆਂ ਉਂਗਲਾਂ ਵਿੱਚ ਦਰਦ ਹੋਣ ਲੱਗਾ ਤਾਂ ਬਹਿਰਾਮਪੁਰ ਵਿਖੇ ਇੱਕ ਮੁਸਲਮਾਨ ਹਕੀਮ ਕੋਲ ਆਪਣਾ ਇਲਾਜ ਕਰਵਾਉਣ ਗਏ। ਉਂਗਲਾਂ ਦੇ ਇੱਕ ਹਕੀਮ ਨੇ ਕਿਹਾ ਕਿ ਉਸਦੇ ਘਰ ਜ਼ਮੀਨ ਹੇਠਾਂ ਖਜ਼ਾਨਾ ਦੱਬਿਆ ਹੈ ਜਿਸ ਵਿੱਚ ਸੋਨੇ ਦੀਆਂ ਅਸਰਫੀਆਂ ਗਹਿਣੇ ਜੋ ਕਿ 2.5 ਕੁਇੰਟਲ ਤੋਂ ਵੱਧ ਹਨ ਜਿਨ੍ਹਾਂ ਦੀ ਬਾਜ਼ਾਰੀ ਕੀਮਤ 100 ਕਰੋੜ ਤੋਂ ਵੱਧ ਬਣਦੀ ਹੈ। ਇਸ ਹਕੀਮ ਦੇ ਝਾਂਸੇ ਵਿੱਚ ਆ ਕੇ ਬਲਬੀਰ ਸਿੰਘ ਉਸ ਨੂੰ ਆਪਣੇ ਪਿੰਡ ਚੱਕ ਲੋਟ ਲੈ ਆਏ ਅਤੇ ਉਸ ਨੇ ਕਮਰੇ ਬੰਦ ਕਰਕੇ ਪੂਜਾ ਚਰਨਾ ਸ਼ੁਰੂ ਕਰ ਦਿੱਤੀ। ਇਹ ਸਾਰੀ ਠੱਗੀ ਜੀ 3 ਲੱਖ ਦੇ ਉੱਪਰੇ ਕਰ ਗਏ ਜੀ। ਅੱਛਾ ਜੀ, ਮੈਂ ਚਲੇ ਗਿਆ ਜੀ। ਇਹਨਾਂ ਨੇ ਫਿਰ ਇਹਨਾਂ ਨੇ ਦਿੱਤੇ ਵੀ ਕਹਿੰਦਾ ਵੀ ਇੰਨੇ ਪੈਸੇ ਇਹਦੇ 'ਚ, ਕਹਿੰਦਾ ਵੀ ਇਹ ਚਾਰ ਮੈਨੂੰ ਰਾਸਤੇ 'ਚ ਫੋਨ ਆਇਆ ਇਹਦਾ ਫਤਿਹਗੜ੍ਹ ਤੋਂ ਜਦੋਂ ਅਸੀਂ ਆਏ ਆ, ਕਹਿੰਦਾ ਭਾਈ ਕੰਮ ਬਹੁਤ ਤਕੜਾ, ਤੈਨੂੰ ਇੱਕ ਬਿਸਕੁਟ ਲੈਣਾ ਪੈਣਾ। ਮੈਂ ਕਿਹਾ ਵੀ ਕਿੰਨੇ ਦਾ ਬਣ ਜੂ? ਕਹਿੰਦਾ 13 ਲੱਖ ਦਾ ਬਣਨਾ। ਕਹਿੰਦਾ ਐਂ ਕਰ ਵੀ ਤਿੰਨ ਚਾਰ ਲੱਖ ਦਾ ਹੀਲਾ ਕਰ ਵੀ ਤਿੰਨ ਸਾਂਝੀ ਅਸੀਂ ਹੋ ਜਾਂਦੇ ਆ ਵੀ ਅਸੀਂ ਤੈਨੂੰ, ਮੈਂ ਕਿਸੇ ਹੋਰ ਪਾਸੇ ਗੱਲ ਕਰਕੇ ਆਪਾਂ ਅੱਧੋ ਅੱਧ ਕਰ ਲਵਾਂ। ਗੁਲਜਾਰ ਸਿੰਘ ਗਾਜ਼ੀਆਬਾਦ ਦੇ ਸੀ ਅਤੇ ਦੂਸਰਾ ਰਫਜ਼ਾਨ ਡਾਲਪੁਰ ਸਰਵਰੀ ਕੁੱਲੂ ਹਿਮਾਚਲ ਦਾ ਸੀ। ਇਹਨੂੰ ਘਰ ਦੇ ਵਿੱਚ ਭਾਰੀ ਮਾਤਰਾ 'ਚ ਸੋਨਾ ਕੱਢਣ ਦਾ ਝਾਸਾ ਦੇ ਕੇ ਇਹਦੇ ਤੋਂ ਇਹਨਾਂ ਨੇ ਵੱਖ ਵੱਖ ਤਰੀਕਾਂ ਦੇ ਵਿੱਚ 2,62,000 ਰੁਪਏ ਦੀ ਠੱਗੀ ਮਾਰੀ। ਇਹਨੂੰ ਗ੍ਰਿਫਤਾਰ ਕਰ ਲਏ? ਹਾਂਜੀ, ਇਹਨੂੰ ਗ੍ਰਿਫਤਾਰ ਕਰ ਲਿਆ 2 ਜਣਿਆਂ ਨੂੰ ਅਤੇ ਮੁਕੱਦਮਾ ਦਰਜ ਕਰਤਾ, ਅੱਗੇ ਤਫਤੀਸ਼ ਜਾਰੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।